ਹਾਂਜੀ গুড ਮਾਰਨਿੰਗ ਨੈਕਸਟ ਟਾਪਿਕ ਹੈ ਇੰਟਰੈਕਟ ਮੈਥਡਸ ਫਾਰ ਲਾਰਜ স্মੋਲ ਡਿਸਟੈਂਸ ਲਾਸਟ ਦੇ ਵਿੱਚ ਆਪਾਂ ਕੀਤਾ ਸੀ ਇੰਟਰੈਕਟ ਮੈਥਡਸ ਫਾਰ ਲਾਰਜ ਡਿਸਟੈਂਸ ਹੁਣ ਆਪਾਂ ਕਰਨਾ ਹੈ স্মੋਲ ਡਿਸਟੈਂਸ ਦੇ ਲਈ স্মੋਲ ਡਿਸਟੈਂਸ ਸਪੋਜ਼ ਤੁਹਾਡੇ ਕੋਲ ਹੈਗਾ اٹੋਮਿਕ ਆਰਡਰ ਦੇ 10^ -10 ਮੀਟਰ ਉਹਨਾਂ ਦੇ ਲਈ ਆਪਾਂ ਦੋ ਮੈਥਡ ਸਟੱਡੀ ਕਰਨੀਆਂ ਫਰਸਟ ਮੈਥਡ ਹੈਗਾ ਐਵੋਗਾਡਰੋਜ਼ ਹਾਈਪੋਥੈਸਿਸ ਇਸ ਦੇ ਵਿੱਚ ਕੀ ਹੈ ਸਪੋਜ਼ ਆਪਣੇ ਕੋਲੇ ਜਿਹੜੇ ਐਟਮਸ ਐ ਸਫੇਰੀਕਲ ਸ਼ੇਪ ਦੇ ਐ ਜਦੋਂ ਲਾਰਜ ਨੰਬਰ ਆਫ ਐਟਮਸ ਨੂੰ ਆਪਾਂ ਕੀ ਹੈ ਇਕੱਠੇ ਰੱਖ ਦਾਂਗੇ ਤਾਂ ਉਹਨਾਂ ਦੇ ਵਿਚਕਾਰ ਜਿਹੜੀ ਐਮਪਟੀ ਸਪੇਸ ਹੈ ਉਹ ਬਚ ਜਾਈਗੀ ਇਸ ਮੈਥਡ ਅਕੋਰਡਿੰਗ ਅਕੋਰਡਿੰਗ ਟੂ ਐਵੋਗਾਡਰੋ ਹਾਈਪੋਥੈਸਿਸ ਐਕਚੁਅਲ ਵੋਲਿਊਮ ði ਐਕਚੁਅਲ ਵੋਲਿਊਮ ਅਕੂਪਾਈਡ ਬਾਈ ði ਐਟਮਸ ਇਨ ਅ 1 ਗ੍ਰਾਮ ਆਫ ਸਬਸਟੈਂਸ ਇਜ਼ 2/3 ਆਫ ði ਵੋਲਿਊਮ ਅਕੂਪਾਈਡ ਬਾਈ 1 ਗ੍ਰਾਮ ਆਫ ði ਸਬਸਟੈਂਸ ਸਪੋਜ਼ ਆਪਣੇ ਕੋਲ 1 ਗ੍ਰਾਮ ਦਾ ਸਬਸਟੈਂਸ ਹੈ ਉਸ ਦੇ ਵਿੱਚ ਜਿੰਨੇ ਨੰਬਰ ਆਫ ਐਟਮਸ ਹੈ ਉਹਨਾਂ ਨੇ ਜਿੰਨਾ ਐਕਚੁਅਲ ਵੋਲਿਊਮ ਅਕੁਪਾਈ ਕੀਤਾ ਉਹ ਕਿਸ ਦੇ ਉੱਪਰ ਹੈ 2/3 ਆਫ ਦਾ ਵੋਲਿਊਮ ਦੀ ਜਿੰਨਾ 1 ਗ੍ਰਾਮ ਦਾ ਵੋਲਿਊਮ ਹੈ ਉਸ ਦੇ 2/3 ਹਿੱਸੇ ਦੇ ਕੀ ਹੈ ਬਰਾਬਰ ਹੈ ਸਪੋਜ਼ ਜਿਹੜਾ ਸੈਂਪਲ ਆਫ ਸਬਸਟੈਂਸ ਹੈ ਉਸ ਦਾ ਮਾਸ ਆਪਣੇ ਕੋਲ ਹੈ ਕਿ স্মੋਲ m ਵੋਲਿਊਮ ਹੈ ਕਿ ਕੈਪੀਟਲ v ਇਫ m ਕੈਪੀਟਲ m ਇਜ਼ ਇਟਸ ਮੋਲੀਕੂਲਰ weight ਐਂਡ ਕੈਪੀਟਲ n ਇਜ਼ ਐਵੋਗਾਡਰੋ ਨੰਬਰ दैन टोट नंबर ऑफ एटम्स किन्ने अपने कोबोगाड्रोज नंबर अपॉन इट्स मॉलिकुलर वेट इन टू इज मासम कैपीटल एन अपॉन कैपीटल एम सपोज जोड़ा आपटम लैके चले स्फेकल शेप है तो उसका कुछ ना कुछ रेडियस है सपोज उसका रेडियस है तो समॉल आर लैट आर बी द रेडियस ऑफ द एटम दैन एक्चुअल वॉल्यूम किस दे फोर बाय थ्री पाईआर क्यूब वॉल्यूम हो गया इनटू नंबर नंबर ऑफ एटम्स इन द गिवन सैंपल वो कितने सी अपने M, N, को एम कैपिटल एन अपॉन कैपिटल एम अकॉर्डिंग टू एवोगैड्रो हाइपोथेसिस किस इक्वल है एक्चुअल वॉल्यूम ऑफ द एटम इज इक्वल टू टू थर्ड ऑफ द वॉल्यूम तो ए इज इक्वल रखता अपन एम एन अपॉन एम इनटू 4 अपॉन 3 पाई r क्यूब इज इक्वल्स टू 2/3 इनटू वॉल्यूम इफ रो भी द डेंसिटी अगर अपने को ले रो डेंसिटी है की दैन रो इज इक्स टू कैप समॉल एम अपॉन कैपीटल वी और वी किस देख कर दिख सकते हैं आपन रो दे इतने आपल्यू पुट कर दागे एम अपॉन रो दैन यू कैशन बन जाएगी एम एन अपॉन एम इन इन टू तो फोर बाय थ्री पाई आर क्यू इज इक्स टू टू एम अपॉन थ्री रो इतों आर दैल्यू कैलकुलेट करा आर की ज़िप क्लॉजिक अपना m अपॉन 2 पाई n रो दी पावर 1 बाय c दे इथों आपा इस इक्वेशन ਦੇ ਉਪਰੋਂ ਰੇਡੀਅਸ ਹੈਗਾ ਜਿਹੜਾ ਐਟਮ ਦਾ ਕੈਲਕੂਲੇਟ ਕਰ ਸਕਦੇ ਸੈਕਿੰਡ ਮੈਥਡ ਹੈਗਾ ਸਾਈਜ਼ ਆਫ ਅ ਮੋਲੀਕਿਊਲ ਆਫ ਅ ਲਿਕਵਿਡ ਲਿਕਵਿਡ ਦੇ ਵਿੱਚ ਜਿਹੜੇ ਮੋਲੀਕਿਊਲਸ ਆ ਉਹਨਾਂ ਦਾ ਸਾਈਜ਼ ਆਪਾਂ ਕੀ ਹੈ ਕੈਲਕੂਲੇਟ ਕਰਨੇ ਏਜ਼ ਲਈ ਆਪਣੇ ਕੋਲੇ ਕੀ ਹੈ सपोज ओलिक एसिड ਹੈ ਇੱਕ ਆਪਾਂ ओलिक एसिड ਹੈ ਤੇ ਇੱਕ ਹੈਗਾ ਤੁਹਾਡੇ ਕੋਲ ਐਲਕੋਹਲ ਉਹਨਾਂ ਨੂੰ ਦੋਨਾਂ ਨੂੰ ਡਿਸਾਲਵ ਕਰਨਾ ਹੈ 5 500 ਸੈਂਟੀਮੀਟਰ ਕਯੂਬ ਦੇ ਵਿੱਚ ਆਪਾਂ 1 ਸੈਂਟੀਮੀਟਰ ਕਯੂਬ ਆਲਿਕ ਐਸਿਡ ਪਾਉਣਾ ਹੈ ਸਪੋਜ਼ n ਡ੍ਰੌਪਸ ਹੈਗੀਆਂ ਜਿਹੜੀਆਂ ਇਹ ਸੋਲੂਸ਼ਨ ਦੀ ਆਪਾਂ ਪੋਰ ਕਰਤੀਆਂ ਸਰਫੇਸ ਆਫ ਵਾਟਰ ਦੇ ਉੱਪਰ ਵਾਟਰ ਦੀ ਜਿਹੜੀ ਸਰਫੇਸ ਹੈ ਉਸ ਦੇ ਉੱਪਰ n ਡ੍ਰੌਪਸ ਹੈਗੀਆਂ ਜਿਹੜੀਆਂ ਸੋਲੂਸ਼ਨ ਬਣਾਇਆ ਹੈ 1 ਸੈਂਟੀਮੀਟਰ ਕਯੂਬ 500 ਸੈਂਟੀਮੀਟਰ ਕਯੂਬ ਆਫ ਅਲਕੋਹਲ ਦੇ ਵਿੱਚ ਇਸ ਸੋਲੂਸ਼ਨ ਨੂੰ n ਡ੍ਰੌਪਸ ਲੈ ਕੇ ਸਰਫੇਸ ਆਫ ਬਰਦਰ ਤੇ ਆਪਾਂ ਪੋਰ ਕਰ ਦੇਣਾ ਉਸ ਤੋਂ ਬਾਅਦ ਇੱਥੇ ਇੱਕ ਫਿਲਮ ਬਣ ਜੇਗੀ ਆਲਿਕ ਐਸਿਡ ਦੀ ਫਿਲਮ ਕਿਵੇਂ ਬਣੀਗੀ ਆਪਣੇ ਕੋਲੇ ਜਿਹੜਾ ਐਲਕੋਹਲ ਹੈ ਉਹ ਕੀ ਹੋ ਜਾਏਗਾ ਇਵੇਪੋਰੇਟ ਹੋ ਜਾਏਗਾ ਓਨਲੀ ਆਲਿਕ ਐਸਿਡ ਹੈ ਜਿਹੜਾ ਰਹਿ ਜਾਏਗਾ ਠੀਕ ਹੈ ਇੱਥੇ ਆਪਣੇ ਕੋਲੇ ਫਿਲਮ ਤਿਆਰ ਹੋ ਜੇਗੀ ਸਪੋਜ਼ ਉਸ ਦਾ ਜਿਹੜਾ ਏਰੀਆ ਉਹ ਹੈਗਾ ਕੈਪੀਟਲ A A ਇਸ ਦਾ ਜਿਹੜਾ ਏਰੀਆ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ ਗ੍ਰਾਫ ਪੇਪਰ ਦੇ ਨਾਲ ਬਾਏ ਟ੍ਰੇਸਿੰਗ ਪੇਪਰ ਦੇ ਨਾਲ ਇਫ ਅਵੀ ਇਜ਼ ਅ ਵੋਲਿਊਮ ਆਫ ਅ ਡ੍ਰੌਪ ਆਫ 올ਿਕ ਐਸਿਡ 올ਿਕ ਐਸਿਡ ਦਾ ਜਿਹੜਾ ਡ੍ਰੌਪ ਹੈ ਉਸ ਦਾ ਵੋਲਿਊਮ ਹੈਗਾ ਅਵੀ ਥੈਨ ਵੋਲਿਊਮ ਆਫ 올ਿਕ ਐਸਿਡ ਇਨ ਐਨ ਡ੍ਰੌਪਸ ਆਫ ਦਾ ਸੋਲੂਸ਼ਨ ਉਹ ਹੈਗਾ ਤੁਹਾਡੇ ਕੋਲ ਐਨ ਵੀ ਐਨ ਨੰਬਰ ਆਫ ਡ੍ਰੌਪਸ ਵੀ ਕੀ ਹੈ ਵੋਲਿਊਮ 1 ਅਪ 500 ਐਕਿਵਲ ਆਪਾਂ ਏਜ਼ੀ ਕਨਸਟੈਂਟ ਕਨਸੈਂਟ੍ਰੇਸ਼ਨ ਲੈ ਕੇ ਚੱਲਿਆਂ 1 ਸੈਂਟੀਮੀਟਰ ਕਯੂਬ ਆਪਾਂ ਡਿਸੋਲਵ ਕੀਤਾ ਹੈ 500 ਸੈਂਟੀਮੀਟਰ ਕਯੂਬ ਦੇ ਵਿੱਚ ਅਗਰ ਆਪਣੇ ਕੋਲੇ ਜਿਹੜੀ ਫਿਲਮ ਤਿਆਰ ਹੋਈ ਹੈ ਉਸ ਦਾ ਸਰਫੇਸ ਏਰੀਆ ਕੈਪੀਟਲ A ਐ ਤੇ ਥਿਕਨੈਸ ਉਸ ਦੀ T ਐ ਤਾਂ ਉਸ ਦਾ ਵੋਲਿਊਮ ਕਿਸ ਦਿਖ ਪਾ ਜਾਏਗਾ ਆਪਣੇ ਕੋਲ A T ਦੇ ਉਸ ਦਾ ਵੋਲਿਊਮ ਤੇ ਆਪਣੇ ਕੋਲੇ ਜਿਹੜਾ ਆਲਿਕ ਐਸਿਡ ਦਾ ਵੋਲਿਊਮ ਦੋਨਾਂ ਨੂੰ ਇਕੱਠਾ ਰੱਖ ਦੇਣਾ ਤੇ ਕੀ ਆ ਜਾਏਗਾ A T NV 1 500 ਦੈਨ T ਦੀ ਵੈਲਿਊ ਕੈਲਕੂਲੇਟ ਕਰਾਂਗੇ NV 500 A ए सिक्शन तो आप टी फाइंड आउट कर सकते हैं अगर टी पहले थिकनेस लेके चले ठीक है थिकनेस मीनज उसका की, की है डायमीटर किन्ना एक मॉलीक्यूल अपने को डायामीटर कि ओलिक एसिड का इतों आप फाइंड आउट कर सकते हैं जिन्हें भी समॉल डिस्टेंसि है दो मैथड है एबोगाड्रोहाइपोथीसिस सैकेंड मैथड है अपने कोईजफ अ मोलीक्यूल ऑफ लिकुड लिकुअड का जोड़ा मॉलीक्यूल है उसका सइज़ फाइंड आउट कर सकती है ਉਸ ਤੋਂ ਬਾਅਦ ਆਪਣੇ ਕੋਲੇ ਨੈਕਸਟ ਚੈਪਟਰ ਹੈਗਾ ਡਾਈਮੈਨਸ਼ਨਲ ਅਨਲਿਸਿਸ ਠੀਕ ਹੈ ਫੋਰਥ ਚੈਪਟਰ ਹੈ ਡਾਈਮੈਨਸ਼ਨਲ ਅਨਲਿਸਿਸ ਇਸ ਦੇ ਵਿੱਚ ਕੀ ਹੈ ਫਰਸਟ ਆਫ ਆਲ ਆਪਣੇ ਕੋਲੇ ਦੋ ਕੁਆਂਟੀਟੀਆਂ ਆਪਾਂ ਲਾਸਟ ਦੇ ਵਿੱਚ ਸਟੱਡੀ ਕੀਤੀਆਂ ਫੰਡਾਮੈਂਟਲ ਕੁਆਂਟੀਟੀਆਂ ਤੇ ਡਰਾਈਵ ਕੰਟ੍ਰਸ ਫੰਡਾਮੈਂਟਲ ਕੁਆਂਟੀਟੀਆਂ ਕੀ ਹੈ ਜਿਵੇਂ ਮਾਸ ਲੈਂਥ ਤੇ ਟਾਈਮ ਇਹ ਆਪਣੇ ਕੋਲੇ ਫੰਡਾਮੈਂਟਲ ਕੁਆਂਟੀਟੀਆਂ ਹੈ ਇਹਨਾਂ ਦੇ ਜਿਹੜੇ ਯੂਨਿਟ ਹੈ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ ਫੰਡਾਮੈਂਟਲ ਯੂਨਿਟਸ ਫੰਡਾਮੈਂਟਲ ਯੂਨਿਟਸ ਕੀ ਹੈ ਜਿਨ੍ਹਾਂ ਨੂੰ ਆਪਾਂ ਵਿਚ ਕੈਨ ਨਾਈਦਰ ਵੀ ਕ੍ਰੀਏਟਡ ਕਿਸੇ ਵੀ ਹੋਰ ਅਨਦਰ ਯੂਨਿਟ ਤੋਂ ਜਿਨ੍ਹਾਂ ਨੂੰ ਆਪਾਂ ਕਿਸੇ ਵੀ ਹੋਰ ਯੂਨਿਟ ਤੋਂ ਨਹੀਂ ਬਣਾ ਸਕਦੇ ਫੰਡਾਮੈਂਟਲ ਯੂਨਿਟ ਜਿਵੇਂ ਮਾਸ ਦੇ ਹੈਗੇ ਆਪਣੇ ਕੋਲੇ ਮਾਸ ਦੇ ਗ੍ਰਾਮ ਕਿਲੋਗ੍ਰਾਮ ਲੈਂਥ ਦੇ ਮੀਟਰ ਟਾਈਮ ਦੇ ਹੈਗੇ ਸੈਕਿੰਡ ਅਗਰ ਇਹਨਾਂ ਨੂੰ ਯੂਜ਼ ਕਰਕੇ ਫੰਡਾਮੈਂਟਲ ਕੁਆਂਟੀਟੀਜ਼ ਨੂੰ ਯੂਨਿਟਸ ਨੂੰ ਯੂਜ਼ ਕਰਕੇ ਆਪਾਂ ਕੀ ਬਣਾਉਣੇ ਆ ਡਰਾਈਵ ਯੂਨਿਟ ਬਣਾਉਣੇ ਠੀਕ ਹੈ ਜੇ ਡਰਾਈਵ ਯੂਨਿਟਸ ਆ ਫਿਜ਼ੀਕਲ ਕਵਾਂਟਿਟੀਆਂ ਦੇ ਅਗਰ ਉਹਨਾਂ ਨੂੰ ਆਪਾਂ ਐਕਸਪ੍ਰੈਸ ਕਰੀਏ ਇਨ ਟਰਮਸ ਆ ਫੰਡਾਮੈਂਟਲ ਯੂਨਿਟਸ ਆਫ ਮਾਸ ਲੈਂਥ ਐਂਡ ਟਾਈਮ ਰੇਸ ਟੂ ਸਮ ਪਾਵਰ ਇਹਨਾਂ ਦੇ ਯੂਨਿਟਸ ਨੂੰ ਅਗਰ ਆਪਾਂ ਕੁਝ ਪਾਵਰ ਦੇ ਨਾਲ ਐਕਸਪ੍ਰੈਸ ਕਰਦੇ ਆਂ ਡਰਾਈਵ ਯੂਨਿਟਸ ਦੇ ਨਾਲ ਫੋਰ ਐਗਜ਼ਾਮਪਲ ਤੁਹਾਡੇ ਕੋਲੇ ਹੈਗਾ ਯੂਨਿਟ ਮਾਸ ਲੈਂਥ ਤੇ ਟਾਈਮ ਡਿਨੋਟਡ ਬਾਈ ਬ੍ਰੈਕਟ ਕੈਪੀਟਲ ਅਗਰ ਆਪਾਂ ਮਾਸ ਨੂੰ ਕੈਪੀਟਲ m ਤੇ ਉਸ ਦੇ ਬਾਹਰ ਬ੍ਰੈਕਟ ਲਗਾ ਦਾਂਗੇ ਠੀਕ ਹੈ ਡਾਈਮੈਂਸ਼ਨ ਦੇ ਵਿੱਚ ਆਪਾਂ ਕੀ ਐਕਸਪਰੈਸ ਕਰ ਸਕਦੇ ਹਾਂ ਮਾਸ ਨੂੰ ਲੈਂਥ ਨੂੰ ਕੈਪੀਟਲ ਐਲ ਦੇ ਨਾਲ ਟਾਈਮ ਕੈਪੀਟਲ ਪੀ ਦੇ ਨਾਲ ਸਪੋਜ਼ ਅਗਰ ਆਪਾਂ ਏਰੀਆ ਦੀ ਗੱਲ ਕਰੀਏ ਏਰੀਆ ਆਪਣੇ ਕੋਲੇ ਕੀ ਹੈ ਲੈਂਥ ਇੰਟੂ ਬ੍ਰੈਡਥ ਬ੍ਰੈਡਥ ਵੀ ਇੱਕ ਤਰ੍ਹਾਂ ਦੀ ਆਪਣੇ ਕੋਲੇ ਲੈਂਥ ਹੀ ਹੈ ਤਾਂ ਇਹ ਕੀ ਬਣ ਜਾਏਗਾ ਐਲ ਕ੍ਰੋਸ ਐਲ ਇਹ ਆਪਾਂ ਬ੍ਰੈਕਟ ਹੈ ਜਿਹੜੇ ਇਸ ਤੇ ਲਗਾਉਣੇ ਕੰਪਲਸਰੀ ਹੈ ਡਾਈਮੈਂਸ਼ਨਲ ਦੇ ਵਿੱਚ ਤਾਂ ਏਰੀਆ ਦਾ ਕੀ ਬਣ ਜਾਏਗਾ ਐਲ ਦੀ ਸਕੁਅਰ ਹੁਣ ਇਸ ਦੇ ਵਿੱਚ ਜਿਹੜਾ ਐਮ ਹੈ ਐਮ ਵੀ ਕੰਟੇਨ ਨਹੀਂ ਕਰ ਸਕਦੇ ਆਪਾਂ ਨਾ ਹੀ ਆਪਣੇ ਕੋਲੇ ਟੀ ਕੰਟੇਨ ਕਰਦਾ ਓਨਲੀ ਐਲ ਦੀ ਸਕੁਅਰ ਹੈ ਨਾ ਇਸੇ ਕਰਕੇ ਆਪਾਂ ਏਰੀਏ ਨੂੰ ਅਗਰ ਤਿੰਨਾਂ ਦੇ ਵਿੱਚ ਐਕਸਪਰੈਸ ਕਰਨਾ ਚਾਹੀਏ ਤਾਂ ਕੀ ਬਣ ਜੂਗਾ ਐਮ ਦੀ ਪਾਵਰ 0 ਐਲ ਸਕੁਅਰ ਟੀ ਦੀ ਪਾਵਰ 0 ਹੁਣ ਇਸ ਦੇ ਵਿੱਚ ਐਮ ਤੇ ਟੀ ਨਹੀਂ ਸੀ ਇਸੇ ਕਰਕੇ ਉਹਨਾਂ ਦੀ ਆਪਾਂ 0 ਐਕਸਪਰੈਸ ਕੀਤੀ ਹੈ ਟਾਵਰ ਓਨਲੀ ਐਲ ਸੀਗਾ ਐਲ ਦੀ ਕੀ ਹੈ ਸਕੁਅਰ ਸਿਮਿਲਰਲੀ ਅਗਰ ਵੈਲੋਸਟੀ ਦੀ ਗੱਲ ਕਰੀਏ ਵੈਲੋਸਟੀ ਆਪਣੇ ਕੋਲੇ ਹੈਗਾ ਡਿਸਟੈਂਸ ਅਪੋਨ ਟਾਈਮ ਡਿਸਟੈਂਸ ਤੇ ਕੀ ਹੈਗੇ L ਟਾਈਮ ਦੇ ਹੈਗੇ T ਤੇ ਇਸ ਨੂੰ ਆਪਾਂ ਕੀ ਲਿਖ ਸਕਦੇ ਆ L T ਦੀ ਪਾਵਰ -1 ਹੁਣ L ਦੀ ਪਾਵਰ ਹੈਗੀ ਇੱਥੇ 1 T ਦੀ -1 M ਦੀ ਪਾਵਰ ਨਹੀਂ ਹੈ ਇਸ ਲਈ ਕਰਕੇ ਆਪਾਂ ਲਿਖਾਂਗੇ M ਨੂੰ M ਦੀ ਪਾਵਰ 0 L T ਦੀ ਪਾਵਰ -1 ਤਾਂ ਡਿਮੈਨਸ਼ਨਸ ਹੈ ਜਿਹੜੇ ਫਿਜ਼ੀਕਲ ਕੁਆਂਟੀਟੀਆਂ ਏ ਆਰ ਦਾ ਪਾਵਰਸ ਟੂ ਵਿਚ ਦਾ ਫੰਡਮੈਂਟਲ ਯੂਨਿਟਸ ਆਫ ਮਾਸ ਲੈਂਥ ਐਂਡ ਟਾਈਮ ਹੈਵ ਟੂ ਰੇਸਡ ਇਨ ਆਰਡਰ ਟੂ ਅਬਟੇਨ ਇਟਸ ਯੂਨਿਟ ਇਹ ਕੀ ਹੈ ਡਿਫੀਨੀਸ਼ਨ ਹੈ ਉਸ ਤੋਂ ਬਾਅਦ ਹੈਗੇ ਡਾਈਮੈਂਸ਼ਨ ਫਾਰਮੂਲੇ ਐਂਡ ਇਕੇਸ਼ਨਸ ਦ ਐਕਸਪ੍ਰੈਸ਼ਨ ਜਿਵੇਂ m ਦੀ ਪਾਵਰ 0 l² t ਦੀ ਪਾਵਰ 0 ਏਰੀਆ ਦੇ ਲਈ ਹੈ ਵੈਲੋਸਟੀ ਦੇ ਲਈ ਕੀ ਸੀ m 0 l t ਦੀ ਪਾਵਰ -1 ਇਸ ਨੂੰ ਆਪਾਂ ਕੀ ਕਹਿ ਸਕਦੇ ਹਾਂ ਡਾਈਮੈਂਸ਼ਨਲ ਫਾਰਮੂਲਾ ਕਹਿ ਸਕਦੇ ਹਾਂ ਏਰੀਆ ਦਾ ਐਂਡ ਵੈਲੋਸਟੀ ਦਾ ਕੋਈ ਵੀ ਡਾਈਮੈਂਸ਼ਨਲ ਫਾਰਮੂਲਾ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਦਾ ਉਹ ਆਪਾਂ ਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦਾ ਹੈ ਉਸ ਫਿਜ਼ੀਕਲ ਕੁਆਂਟੀਟੀ ਦੀ ਅਗਰ ਆਪਾਂ ਵੈਲੋਸਟੀ ਦੀ ਗੱਲ ਕਰੀਏ ਵੈਲੋਸਟੀ ਦਾ ਡਾਈਮੈਂਸ਼ਨ ਫਾਰਮੂਲਾ ਇਹ ਵਾਲਾ ਹੈ ਤਾਂ ਇੱਥੇ ਆਪਾਂ ਨੂੰ ਇਨਫੋਰਮੇਸ਼ਨ ਕੀ ਦੇ ਰਿਹਾ ਇੱਕ ਤਾਂ ਵੀ ਜਿਹੜੇ ਯੂਨਿਟ ਹੈਗੇ ਵੈਲੋਸਟੀ ਦੇ ਉਹ ਡਿਪੈਂਡ ਕਿਤੇ ਕਰ ਰਿਹਾ ਆਪਣੇ ਕੋਲੇ ਲੈਂਥ ਦੇ ਉੱਪਰ ਤੇ ਟਾਈਮ ਦੇ ਉੱਪਰ ਇੰਡੀਪੈਂਡੈਂਟ ਹੈਗਾ ਮਾਸ ਦੇ ਠੀਕ ਹੈ ਇਦਾਂ ਦੀ ਜਿਹੜੀ ਆਪਣੇ ਕੋਲੇ ਇਨਫੋਰਮੇਸ਼ਨ ਉਹ ਆਪਾਂ ਡਰਾਈਵ ਕਰ ਸਕਦੇ ਹਾਂ ਡਾਈਮੈਂਸ਼ਨ ਫਾਰਮੂਲੇ ਤੋਂ ਤਾਂ ਡਾਈਮੈਂਸ਼ਨ ਫਾਰਮੂਲਾ ਆਫ ਅ ਫਿਜ਼ੀਕਲ ਕੁਆਂਟੀਟੀ ਮੇ ਬੀ ਡਿਫਾਈਨਡ ਐਸ ਅ ਐਕਸਪ੍ਰੈਸ਼ਨ ਥੈਟ ਇੰਡੀਕੇਟਸ ਵਿਚ ਆਫ ਦਾ ਫੰਡਾਮੈਂਟਲ ਜਨਰਸ ਆਫ ਮਾਸ ਲੈਂਥ ਐਂਡ ਟਾਈ enter into the derived unit of that quantity with the word paper dimensional formula ਆਪਣੇ ਕੋਲੇ ਐਵੇਂ ਦਾ ਐਕਸਪ੍ਰੈਸ਼ਨ ਹੈ ਜਿਸ ਦੇ ਵਿੱਚ ਆਪਾਂ ਜਿਹੜੇ ਫੰਡਮੈਂਟਲ ਯੂਨਿਟਸ ਹੈਗੇ ਆ ਮਾਸ ਲੈਂਥ ਤੇ ਟਾਈਮ ਦੇ ਉਹਨਾਂ ਦੇ ਉਹਨਾਂ ਨੂੰ ਐਂਟਰ ਕਰ ਸਕਦੇ ਆ ਵਿਦ ਸਮਵਟ ਪਾਵਰਸ ਦੇ ਨਾਲ ਜਿਵੇਂ ਵੀ ਅ ਵੀ ਨੂੰ ਆਪਾਂ ਕਿਵੇਂ ਲਿਖ ਸਕਦੇ ਆ ਵੀ ਲਾਸਟੀ ਨੂੰ ਐਮ ਦੀ ਪਾਵਰ 0 ਐਲ ਦੀ ਪਾਵਰ -1 ਇਹਨਾਂ ਦੇ ਬਾਹਰ ਹੈ ਜਿਹੜਾ ਬ੍ਰੈਕਟ ਲਗਾਉਣਾ ਨਹੀਂ ਭੁੱਲਣਾ ਉਹ ਕੰਪਲਸਰੀ ਹੈ ਤਾਂ ਇਸ ਇਕੁਏਸ਼ਨ ਨੂੰ ਆਪਾਂ ਕੀ ਕਹਸੇਗਾ ਡਾਈਮੈਂਸ਼ਨਲ ਇਕੁਏਸ਼ਨ ਅਗਰ ਆਪਾਂ ਜਰਨਲ ਫਾਰਮ ਦੇ ਵਿੱਚ ਗੱਲ ਕਰੀਏ ਕਿਸੇ ਵੀ ਕੁਆਂਟੀਟੀ ਨੂੰ ਲੈ ਕੇ ਜੋ ਓਨਲੀ ਜਰਨਲ ਫਾਰਮ ਦੇ ਵਿੱਚ ਗੱਲ ਕਰੀਏ x ਕੋਈ ਵੀ ਕੁਆਂਟੀਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ m ਹੈਗਾ ਮਾਸ ਉਸ ਦੀ ਕੁਝ ਪਾਵਰ ਹੈ a l ਹੈ ਕਿ ਇਹ ਲੈਂਥ ਉਸ ਦੀ ਪਾਵਰ ਹੈਗੀ ਹੈ b t ਹੈ ਟਾਈਮ ਉਸ ਦੀ ਪਾਵਰ ਹੈ c ਉਸ ਤੋਂ ਬਾਅਦ ਆਪਾਂ ਸਕੁਅਰ ਬ੍ਰੈਕਟ ਲਗਾ ਦੇਣਾ ਠੀਕ ਹੈ ਇਹ ਹੈਗੇ ਆਪਣੇ ਕੋਲ ਜਰਨਲ ਫਾਰਮ ਦੇ ਵਿੱਚ ਡਾਈਮੈਂਸ਼ਨਲ ਇਕੁਏਸ਼ਨ ਉਸ ਤੋਂ ਬਾਅਦ ਹੈਗਾ ਹੁਣ ਆਪਾਂ ਏਰੀਆ ਦੇ ਵੀ ਕੈਲਕੂਲੇਟ ਕੀਤੇ ਸੀ ਨੈਕਸਟ ਹੈਗਾ ਵੋਲਿਊਮ ਵੋਲਿਊਮ ਨੂੰ ਆਪਾਂ ਕੀ ਲਿਖ ਸਕਦੇ ਆ ਲੈਂਥ ਇੰਟੂ ਬ੍ਰੈਡਥ ਇੰਟੂ ਹਾਈਟ ਬ੍ਰੈਡਥ ਤੇ ਹਾਈਟ ਵੀ ਇੱਕ ਤਰ੍ਹਾਂ ਦੇ ਆਪਣੇ ਕੋਲੇ ਲੈਂਥ ਹੈ ਜਿਸ ਦੇ ਆਪਾਂ ਡਾਈਮੈਂਸ਼ਨਸ ਕੀ ਲਿਖਾਂਗੇ ਐਲ ਕ੍ਰਾਸ ਐਲ ਕ੍ਰਾਸ ਐਲ ਮਤਲ ਐਲ ਦੀ ਕਯੂਬ ਤਾਂ ਜਨਰਲ ਫਾਰਮ ਦੇ ਵਿੱਚ ਆਪਣੇ ਕੋਲੇ ਕੀ ਸੀ ਐਮ ਦੀ ਪਾਵਰ ਏ एल द पावर बी एंड टी दी पावर सी हूँ अपने कोई एल दबर हैगी है, है। तो आप की लिखा एम तो टी नहीं है इस करके एम 0 जीरो टी दी पावर जीरो एल द क्यूब उस तो बाद ब्रैकेट लगा दें ऐसा यूनिट की बन जाएंगे मीटर क्यूब और उस तो बाद डेंस टी के दे। डेंसटी अपने को मास अपॉन वॉल्यूम मास न लिख सकते हैं एम वॉल्यूम दे है अपने कोल क्यूब तो इतने बन जाएंगे एम l ਦੀ ਪਾਵਰ -3 ਜਦੋਂ ਉੱਪਰ ਜਾਏਗਾ ਤਾਂ -3 ਬਣ ਜਾਏਗਾ ਪੋਜ਼ਿਟਿਵ ਪੋਜ਼ਿਟਿਵ ਤੋਂ ਨੈਗੇਟਿਵ ਬਣ ਜਾਏਗਾ ਤੇ t ਦੀ ਪਾਵਰ 0 ਤੇ ਇਸ ਦਾ ਯੂਨਿਟ ਕੀ ਆ ਜਾਣਗੇ ਆਪਣੇ ਕੋਲੇ ਕਿਲੋਗ੍ਰam ਮੀਟਰ ਕਯੂਬ ਨੈਕਸਟ ਜੇ ਅਗਰ ਆਪਾਂ ਗੱਲ ਕਰੀਏ ਸਪੈਸੀਫਿਕ ਵੋਲਿਊਮ ਦੀ ਤਾਂ ਵੋਲਿਊਮ ਮਾਸ ਵੋਲਿਊਮ ਦੇ ਕੀ ਹੈ l³ ਮਾਸ ਦੇ ਹੈਗੇ m ਤਾਂ ਇਹ ਬਣ ਜਾਣਗੇ m ਦੀ ਪਾਵਰ -1 l³ t ਦੀ ਪਾਵਰ 0 ਇਸ ਤਰ੍ਹਾਂ ਆਪਾਂ ਕੀ ਕੋਈ ਵੀ ਜਿਹੜੀ ਕੁਆਂਟੀਟੀ ਆ ਉਸ ਦੇ ਡਾਈਮੈਂਸ਼ਨਲ ਫਾਰਮੂਲਾ ਕੈਲਕੂਲੇਟ ਕਰ ਸਕਦੇ ਆ ਅਗਰ ਆਪਾਂ ਨੂੰ ਉਸ ਦਾ ਫਾਰਮੂਲਾ ਪਤਾ ਹੈ ਜਿਵੇਂ ਫੋਰਸ ਮਾਸ ਇੰਟੂ ਐਕਸਲਰੇਸ਼ਨ ਦੇ ਇਕੁਅਲ ਹੈ ਠੀਕ ਹੈ ਮਾਸ ਦੇ ਪੁੱਟ ਕਰਾਂਗੇ ਐਕਸਲਰੇਸ਼ਨ ਦੇ ਪੁੱਟ ਕਰਾਂਗੇ ਦੈਨ ਆਪਣੇ ਕੋਲੇ ਫੋਰਸ ਦੇ ਜਿਹੜੇ ਡਾਈਮੈਂਸ਼ਨਸ ਹੈ ਉਹ ਕੀ ਹੈ ਕੈਲਕੂਲੇਟ ਹੋ ਜਾਣਗੇ ਡਾਈਮੈਂਸ਼ਨ ਵੇਰੀਏਬਲਸ ਇਹ ਕੀ ਹੈ ਐਮੇ ਦੀ ਕੁਆਂਟੀਟੀਆਂ ਜਿਸ ਦੇ ਆਪਣੇ ਕੋਲੇ ਡਿਮੈਨਸ਼ਨਸ ਹੈ ਬਟ ਉਹ ਹੁੰਦਾ ਕਿ ਇਹ ਕੋਈ ਵੀ ਕਨਸਟੈਂਟ ਵੈਲਿਊ ਨਹੀਂ ਹੈ ਸਪੋਜ਼ ਜਿਵੇਂ ਆਪਾਂ ਕਹਿ ਸਕਦੇ ਆਰੀਆ ਵੋਲਿਊਮ ਵੈਲੋਸਟੀ ਉਹਨਾਂ ਦੇ ਡਿਮੈਨਸ਼ਨਸ ਹੈਗੇ ਬਟ ਉਹਨਾਂ ਦੀ ਕੋਈ ਵੀ ਕਨਸਟੈਂਟ ਵੈਲਿਊ ਨਹੀਂ ਹੈ ਇਸ ਇਹਨਾਂ ਦੇ ਸੱਚ ਕੁਆਂਟੀਟੀਆਂ ਨੂੰ ਆਪਾਂ ਕੀ ਕਹਿ ਸਕਦੇ ਆ ਡਿਮੈਨਸ਼ਨਲ ਵੇਰੀਏਬਲਸ ਨੋਨ ਡਿਮੈਨਸ਼ਨ ਵੇਰੀਏਬਲਸ ਕੀ ਹੈ ਦੋ ਕੁਆਂਟੀਟੀਆਂ ਲਾਈਕ ਐਂਗਲ ਸਪੈਸਿਫਿਕ ਗ੍ਰੈਵਿਟੀ ਸਟ੍ਰੇਨ ਨਾਈਦਰ ਪੁਜਾ ਇਸ ਦੇ ਡਿਮੈਨਸ਼ਨਸ ਨੋਰ ਦੇ ਹੈਵ ਆ ਕਨਸਟੈਂਟ ਵੈਲਿਊ ਨਾ ਹੀ ਤਾਂ ਇਹੋ ਜੀ ਕੁਆਂਟੀਟੀਜ਼ ਦੇ ਡਾਈਮੈਂਸ਼ਨਸ ਹੈ ਤੇ ਨਾ ਹੀ ਕਨਸਟੈਂਟ ਵੈਲਿਊ ਐਵੇਂ ਦੀ ਕੁਆਂਟੀਟੀਜ਼ ਨੂੰ ਆਪਾਂ ਕੀ ਕਹਿ ਸਕਦੇ ਆ ਨੋਨ ਡਾਈਮੈਂਸ਼ਨ ਵੇਰੀਏਬਲਸ ਡਾਈਮੈਂਸ਼ਨਲ ਕਨਸਟੈਂਟ ਦਾ ਕੁਆਂਟੀਟੀਜ਼ ਲਾਈਕ ਗ੍ਰੈਵਿਟੇਸ਼ਨਲ ਕਨਸਟੈਂਟ ਪਲੈਂਕਸ ਕਨਸਟੈਂਟਸ ਐਟਸੈਕਟਰਾ ਉਹ ਜੈਸੇ ਇਸ ਡਾਈਮੈਂਸ਼ਨਸ ਐਂਡ ਆਲਸੋ ਹੈਵ ਆ ਕਨਸਟੈਂਟ ਵੈਲਿਊ ਸੱਚ ਕੁਆਂਟੀਟੀਜ਼ ਜਿਨ੍ਹਾਂ ਦੇ ਆਪਣੇ ਕੋਲੇ ਡਾਈਮੈਂਸ਼ਨਸ ਵੀ ਹੈ ਐਂਡ ਕਨਸਟੈਂਟ ਵੈਲਿਊ ਵੀ ਹੈ ਉਸ ਕੁਆਂਟੀਟੀਆਂ ਨੂੰ ਆਪਾਂ ਕਹ ਸਕਦੇ ਆ ਡਾਈਮੈਨਸ਼ਨਲ ਕਨਸਟੈਂਟ ਨੈਕਸਟ ਹੈਗੇ ਨੋਨ ਡਾਈਮੈਨਸ਼ਨਲ ਕਨਸਟੈਂਟ ਨਾ ਹੀ ਤਾਂ ਆਪਣੇ ਕੋਲੇ ਡਾਈਮੈਨਸ਼ਨਸ ਹੈ ਕੁਆਂਟੀਟੀਆਂ ਦੇ ਤੇ ਨਾ ਹੀ ਆਪਣੇ ਕੋਲੇ ਕੀ ਹੈ ਕਨਸਟੈਂਟ ਹੈ ਜਿਨ੍ਹਾਂ ਦੇ ਆਪਣੇ ਕੋਲੇ ਕੀ ਹੈ ਨੋ ਨੋ ਡਾਈਮੈਨਸ਼ਨਸ ਹੈ ਕੋਈ ਵੀ ਡਾਈਮੈਨਸ਼ਨ ਨਹੀਂ ਹੈ ਉਹਨਾਂ ਨੂੰ ਆਪਾਂ ਕਹਾਂਗੇ ਨੋਨ ਡਾਈਮੈਨਸ਼ਨਲ ਕਨਸਟੈਂਟ ਇਸ ਦੇ ਵਿੱਚ ਜਿਵੇਂ ਤੁਹਾਡੇ ਪਿਓਰ ਨੰਬਰਸ ਆ ਗਏ ਆਲ ਟ੍ਰਿਗਨੋਮੈਟਰੀ ਫੰਕਸ਼ਨਸ ਹੈ ਇਸ ਦੀ ਐਗਜ਼ਾਮਪਲ ਹੈ ਨੈਕਸਟ ਹੈਗਾ ਯੂਜ਼ ਆਫ ਡਾਈਮੈਂਸ਼ਨਲ ਇਕੁਏਸ਼ਨ ਡਾਈਮੈਂਸ਼ਨਲ ਜਿਹੜੀ ਇਕੁਏਸ਼ਨ ਹੈ ਉਸਦੇ ਯੂਜ਼ ਕੀ ਹੈ ਫਸਟ ਆਪਣੇ ਕੋਲੇ ਕੋਈ ਵੀ ਫਿਜ਼ੀਕਲ ਰਿਲੇਸ਼ਨ ਅਗਰ ਆਪਾਂ ਨੂੰ ਦਿੱਤਾ ਹੈ ਤਾਂ ਉਸ ਦੀ ਕਰੈਕਟਨੈਸ ਚੈੱਕ ਕਰ ਸਕਦੇ ਹਾਂ ਸੈਕੰਡ ਹੈ ਟੂ ਡਰਾਈਵ ਦਾ ਰਿਲੇਸ਼ਨ ਬੀਟਵੀਨ ਡਿਫਰੈਂਟ ਫਿਜ਼ੀਕਲ ਕੁਆਂਟੀਟिज ਇਨਵੋਲਡ ਇਨ ਅ ਫਿਜ਼ੀਕਲ ਫੀਨੋਮੀਨਾ ਫਿਜ਼ੀਕਲ ਫੀਨੋਮੀਨਾ ਦੇ ਵਿੱਚ ਅਗਰ ਆਪਣੇ ਕੋਲੇ ਫਿਜ਼ੀਕਲ ਕੁਆਂਟੀਟिज ਦਿੱਤੀਆਂ ਹੋਈਆਂ ਤਾਂ ਉਹਨਾਂ ਦੇ ਵਿੱਚਕਾਰ ਆਪਾਂ ਰਿਲੇਸ਼ਨ ਫਾਊਂਡ ਆਊਟ ਕਰ ਸਕਦੇ ਹਾਂ ਟੂ ਚੇਂਜ ਫਰੋਮ ਵਨ ਸਿਸਟਮ ਆਫ ਯੂਨਿਟਸ ਟੂ ਅਨਦਰ ਇੱਕ ਸਿਸਟਮ ਤੋਂ ਆਪਾਂ ਸੈਕਿੰਡ ਯੂਨਿਟਸ ਦੇ ਵਿੱਚ ਚੇਂਜ ਕਰ ਸਕਦੇ ਹਾਂ ਇਹ ਇਸ ਦੇ ਕੀ ਹੈ ਯੂਜ਼ ਹੈਗੇ ਡਾਈਮੈਂਸ਼ਨ ਲੋਕੇਸ਼ਨ ਦੇ ਉਸ ਤੋਂ ਬਾਅਦ ਤੁਹਾਡੇ ਕੋਲ ਅਗਰ ਆਪਾਂ ਚੈੱਕ ਕਰਨੀ ਹੈ ਕਰੈਕਟਨੈਸ ਆਫ ਅ ਫਿਜ਼ੀਕਲ ਰਿਲੇਸ਼ਨ ਦੀ ਜਾਂ ਇਸ ਨੂੰ ਆਪਾਂ ਕਹਾਂਗੇ ਪ੍ਰਿੰਸੀਪਲ ਆਫ ਹੋਮੋਜੈਨਿਟੀ ਆਫ ਡਾਈਮੈਂਸ਼ਨ ਇਹ ਆਪਾਂ ਕਿਵੇਂ ਚੈੱਕ ਕਰ ਸਕਦੇ ਹਾਂ ਫੋਰ ਐਗਜ਼ਾਮਪਲ ਇਹ ਵਾਲੇ ਤੁਹਾਨੂੰ ਰਿਲੇਸ਼ਨ ਦਿੱਤਾ ਹੈ 1/2 mv2 = mg * h using dimensional analysis dimensional analysis ਨੂੰ ਆਪਾਂ use ਕਰਕੇ ਇਸ ਦੀ ਐਕੂਰੇਸੀ ਚੈੱਕ ਕਰਨੀ ਹੈ where m is the mass of the body m ਆਪਣੇ ਕੋਲੇ ਮਾਸ ਹੈਗਾ ਕਿਸੇ ਵੀ ਬੋਡੀ ਦਾ a v is a velocity g ਹੈਗਾ ਐਕਸਲੇਸ਼ਨ ਡਿਊ ਟੂ ਗ੍ਰੈਵਿਟੀ ਐਂਡ h ਆਪਣੇ ਕੋਲੇ ਹੈਗੀ ਹੈ ਹਾਈਟ ਹੁਣ ਇਸ ਦੇ ਵਿੱਚ ਕੀ ਹੈ ਆਪਣੇ ਕੋਲੇ ਦੋ ਲੈਫਟ ਹੈਂਡ ਸਾਈਡ ਵੀ ਹੈਗੀ ਹੈ ਰਾਈਟ ਹੈਂਡ ਸਾਈਡ ਵੀ ਹੈਗੀ ਹੈ ਰਿਲੇਸ਼ਨ ਦੀ ਲੈਫਟ ਹੈਂਡ ਸਾਈਡ ਲੈ ਕੇ ਚੱਲਾਂਗੇ 1/2 mv2 1/2 ਕਨਸਟੈਂਟ ਹੈ 1/2 ਨੂੰ ਆਪਾਂ ਛੱਡਦੇ ਨੇ m ਕੀ ਹੈ ਮਾਸ ਮਾਸ ਦੇ ਡਾਈਮੈਂਸ਼ਨਸ ਕੀ ਹੈ ਕੈਪੀਟਲ m v ਹੈਗਾ ਵੈਲੋਸਿਟੀ ਉਸ ਦੇ ਡਾਈਮੈਂਸ਼ਨਸ ਹੈਗੇ l t ਦੀ ਪਾਵਰ -1 ਉੱਪਰ ਆਪਣੇ ਕੋਲੇ ਸਕੁਅਰ ਹੈ ਤਾਂ ਆਪਾਂ ਕੀ ਲਗਾ ਦਾਂਗੇ ਸਕੁਅਰ ਬ੍ਰੈਕਟ ਦੇ ਸਕੁਅਰ ਲਗਾ ਲਵਾਂਗੇ ਤਾਂ a ਕੀ ਬਣ ਜਾਏਗਾ m l ਦੀ ਸਕੁਅਰ t ਦੀ ਪਾਵਰ -2 ਰਾਈਟ ਹੈਂਡ ਸਾਈਡ ਦੇ ਵਿੱਚ ਟਰਮ ਹੈਗੀ mgh ਅਗੇਨ ਆਪਾਂ m ਦੇ ਪੁੱਟ ਕਰਾਂਗੇ ਕੈਪੀਟਲ m g ਦੇ ਹੈਗੇ ਆਪਣੇ ਕੋਲੇ l t ਦੀ ਪਾਵਰ -2 h ਹੈਗਾ ਇੱਕ ਹਾਈਟ ਮਤਲਬ ਇੱਕ ਲੈਂਥ ਹੈ ਉਸ ਨੂੰ ਆਪਾਂ ਐਲ ਲਿਖਾਂਗੇ ਤਾਂ ਆਪਣੇ ਕੋਲੇ ਬਣਗੇ ਐਮ ਐਲ ਸਕੁਅਰ ਟੀ ਦੀ ਪਾਵਰ ਮਾਈਨਸ 2 ਹੁਣ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਇਸ ਇਕੁਏਸ਼ਨ ਦੇ ਵਿੱਚ ਦੋਨਾਂ ਦੇ ਡਾਈਮੈਂਸ਼ਨਸ ਕੀ ਆ ਸੇਮ ਹੈ ਅਗਰ ਆਪਣੇ ਕੋਲ ਡਾਈਮੈਂਸ਼ਨਸ ਸੇਮ ਹੈ ਦੋਨੋਂ ਸਾਈਡਸ ਤੇ ਤਾਂ ਆਪਾਂ ਕੀ ਕਹਾਂਗੇ ਜਿਹੜਾ ਰਿਲੇਸ਼ਨ ਹੈ ਉਹ ਕੀ ਹੈ ਐਕੂਰੇਸ ਹੈ ਉਹ ਆਪਣੇ ਕੋਲੇ ਕੀ ਹੈ ਕਰੈਕਟ ਰਿਲੇਸ਼ਨ ਹੈ ਤੇ ਇਹ ਜਿਹੜਾ ਪ੍ਰਿੰਸੀਪਲ ਹੈ ਇਸ ਨੂੰ ਆਪਾਂ ਕੀ ਕਹਿ ਸਕਦੇ ਆ ਪ੍ਰਿੰਸੀਪਲ ਆਫ ਹਿਮੋਜੀਨਿਟੀ ਆਫ ਡਾਈਮੈਂਸ਼ਨਸ ਉਸ ਤੋਂ ਬਾਅਦ ਹੈਗੇ ਜਿਹੜੇ ਡਾਈਮੈਂਸ਼ਨਲ ਅਨਲਿਸਿਸ ਹੈਗੇ ਆ ਉਸ ਦੇ ਕੁਝ ਨਾ ਕੁਝ ਆਪਣੇ ਕੋਲੇ ਲਿਮਿਟੇਸ਼ਨਸ ਹੈਗੇ ਆ ਫਰਸਟ ਲਿਮਿਟੇਸ਼ਨ ਹੈਗੇ ਥਿਸ ਮੈਥਡ ਡਸ ਨਾਟ ਡਸ ਨਾਟ ਇਨੇਬਲ ਅਸ ਟੂ ਡਿਟਰਮਾਈਨ ਦਾ ਵੈਲਿਊ ਆਫ ਦਾ ਕਨਸਟੈਂਟ ਆਫ ਆ ਪ੍ਰੋਪੋਰਸ਼ਨੈਲਿਟੀ ਜਿੰਨੇ ਵੀ ਆਪਾਂ ਕਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਯੂਜ਼ ਕਰ ਸਕਦੇ ਹਾਂ ਉਹਨਾਂ ਦੀ ਆਪਾਂ ਵੈਲਿਊ ਨਹੀਂ ਕੈਲਕੂਲੇਟ ਕਰ ਸਕਦੇ ਇਸ ਦੇ ਵਿੱਚ ਤੇ ਸੈਕਿੰਡ ਹੈ ਥਿਸ ਮੈਥਡ ਕਾਂਟ ਬੀ ਯੂਜ਼ ਟੂ ਡਰਾਈਵ ਦਾ ਰਿਲੇਸ਼ਨ ਜਿਵੇਂ ਆਪਣੇ ਕੋਲੇ ਇਹ ਵਾਲੇ ਰਿਲੇਸ਼ਨ ਹੈ ਐਸ ਇਜ਼ ਇਕੁਅਲ ਟੂ ut plus 1/2 atc 1/2 at square ਨੈਕਸਟ ਹੈਗਾ v square minus u square is equals to 2 as ਐਵੇਂ ਤੇ ਜਿਹੜੇ ਰਿਲੇਸ਼ਨ ਉਹ ਆਪਾਂ ਕੀ ਹੈ ਡਰਾਈਵ ਨਹੀਂ ਕਰ ਸਕਦੇ ਥਰਡ ਹੈਗਾ ਦਿਸ ਮੈਥਡ ਕਾਂਟ ਵੀ ਯੂਜ਼ ਟੂ ਡਰਾਈਵ ਅ ਰਿਲੇਸ਼ਨ ਇਨ ਦਾ ਕੇਸਿਸ ਵੇਅਰ ਦਾ ਟ੍ਰਿਗਨੋਮੈਟਰੀ ਫੰਕਸ਼ਨ ਔਰ ਐਕਸਪੋਨੈਂਸ਼ੀਅਲ ਫੰਕਸ਼ਨ ਆਰ ਇਨਵੋਲਵਡ ਅਗਰ ਕਿਸੇ ਰਿਲੇਸ਼ਨ ਦੇ ਵਿੱਚ ਆਪਣੇ ਕੋਲੇ ਟ੍ਰਿਗਨੋਮੈਟਰੀ ਫੰਕਸ਼ਨ ਆ ਰਿਹਾ ਜਾਂ ਐਕਸਪੋਨੈਂਸ਼ੀਅਲ ਫੰਕਸ਼ਨ ਆ ਰਿਹਾ ਉੱਥੇ ਆਪਾਂ ਇਹ ਮੈਥਡ ਹੈ ਜਿਹੜਾ ਨਹੀਂ ਕੰਮ ਕਰ ਸਕਦਾ ਉੱਥੋਂ ਆਪਾਂ ਇਸ ਮੈਥਡ ਨੂੰ ਨਹੀਂ ਯੂਜ਼ ਕਰ ਸਕਦੇ ਉਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਲਿਮਿਟੇਸ਼ਨ ਹੈਗੀ ਆ ਉਹ ਕੀ ਹੈ this method fails to drive a relationship when a physical quantity depends upon more than 3 physical quantities agar apne kole koi vi physical quantity 3 to jade physical quantities de upar depend kar rahi hai ta utthe apan ki hai e, eh method nu use nahi kar sakde eh method utte ki hai e, fail ho reha next kuch hai je apne kole jehde numerical problem oh tade kole ditti hoyi hai on checking the correctness eh wala jehda hage typo apne kole important hai ਜਿਵੇਂ ਤੁਹਾਡੇ ਕੋਲੇ ਰਿਲੇਸ਼ਨ ਦੇਖਿਆ ਐ ਐਫ ਐਫ ਇਸ ਇਕੁਅਲਸ ਟੂ ਹਾਫ ਐਮ ਵੀ ਸਕੁਅਰ ਮਾਈਨਸ 1 1/2 ਐਮ ਯੂ ਸਕੁਅਰ ਐ ਜਿਹੜੀ ਰਿਲੇਸ਼ਨ ਹੈ ਉਹਦਾ ਤੁਸੀਂ ਕਰੈਕਟਨੈਸ ਚੈੱਕ ਕਰਨੀ ਐ ਹੁਣ ਐਫ ਆਪਣੇ ਕੋਲੇ ਕੀ ਐ ਫੋਰਸ ਐ ਠੀਕ ਐ ਐਫ ਹੈਗੀ ਆਪਣੇ ਕੋਲੇ ਫੋਰਸ ਐਸ ਕੀ ਐ ਡਿਸਟੈਂਸ ਯੂ ਹੈਗਾ ਆਪਣੇ ਕੋਲ ਇਨੀਸ਼ੀਅਲ ਵੈਲੋਸਟੀ ਆ ਵੀ ਹੈਗੀ ਆ ਫਾਈਨਲ ਵੈਲੋਸਟੀ ਐਮ ਹੈਗਾ ਮਾਸ ਤਾਂ ਆਪਾਂ ਕੀ ਦੋਨੋਂ ਸਾਈਜ਼ ਚੈੱਕ ਕਰਨੀਆਂ ਇਸ ਦੀਆਂ ਫਰਸਟ ਸਾਈਡ ਆਪਾਂ ਲੈ ਲਈ ਐਫ ਐਸ ਐਫ ਐਸ ਦੇ ਡਿਮੈਨਸ਼ਨ ਕੀ ਬਣ ਜਾਣਗੇ ਫੋਰਸ ਦੇ ਹੈਗੇ ਆਪਣੇ ਕੋਲ ਐਮ ਐਲ ਟੀ ਦੀ ਪਾਵਰ ਮਾਈਨਸ 2 ਐਸ ਦੇ ਹੈਗੇ ਐਲ ਐਸ ਆਪਣੇ ਕੋਲ ਡਿਸਟੈਂਸ ਹੈ ਡਿਸਟੈਂਸ ਮਤਲਬ ਕੋਈ ਲੈਂਥ ਹੈ ਇਸ ਨੂੰ ਆਪਾਂ ਐਲ ਨਾਲ ਡਿਨੋਟ ਕਰਾਂਗੇ ਤੇ ਬਣ ਗਏ ਐਮ ਐਲ ਸਕੁਅਰ ਟੀ ਦੀ ਪਾਵਰ ਮਾਈਨਸ 2 ਅੱਗੇ ਅੱਗੇ ਹੈਗੇ ਇਸ ਸਾਈਡ ਦੇ ਵਿੱਚ ਆਪ ਫਰਸਟ ਹੈਗੀ ਐਮ ਹਾਫ ਐਮ ਵੀ ਸਕੁਅਰ ਐਮ ਦੇ ਪੁੱਟ ਕਿਤੇ 1/2 ਕਨਸਟੈਂਟ ਹੈ ਉਸ ਨੂੰ ਛੱਡ ਦੇਣਾ ਹੈ ਵੀਧੀ ਹੈਗੇ ਆਪਣੇ ਕੋਲ एलटी ਦੀ ਪਾਵਰ -1 ਉੱਪਰ ਸਕੁਅਰ ਹੈ ਤਾਂ ਸਕੁਅਰ ਬ੍ਰੈਕਟ ਦੇ ਆਪਾਂ ਸਕੁਅਰ ਲਿਖਣਾ ਹੈ ਐਮ ਐਲ ਸਕੁਅਰ ਟੀ ਦੀ ਪਾਵਰ -2 ਨੈਕਸਟ ਜਿਹੜੀ ਟਰਮ ਹੈ ਉਹ ਹੈਗੀ 1/2 ਐਮ ਯੂ ਸਕੁਅਰ ਹਾਫ ਛੱਡ ਦੇਣਾ ਐਮ ਦੇ ਲਿਖਣਾ ਆਪਾਂ ਕੈਪੀਟਲ ਐਮ ਯੂ ਦੇ ਹੈਗੇ ਐਲਟੀ ਦੀ ਪਾਵਰ -1 ਦੀ ਸਕੁਅਰ ਬਣ ਜਾਏਗਾ ਐਮ ਐਲ ਸਕੁਅਰ ਟੀ ਦੀ ਪਾਵਰ -2 ਹੁਣ ਤਿੰਨੇ ਜਿਹੜੇ ਰਿਲੇਸ਼ਨ ਨੇ ਤਿੰਨੇ ਜਿਹੜੀਆਂ ਟਰਮਸ ਆ ਉਹਨਾਂ ਦੇ ਡਿਮੈਨਸ਼ਨ ਫਾਰਮੂਲੇ ਆਪਣੇ ਕੋਲੇ ਸੇਮ ਹੈ ਆਪ ਤਾਂ ਆਪਾ ਕੀ ਕਹਾਂਗੇ ਜਿਹੜੀ ਇਕੁਏਸ਼ਨ ਆਪਣੇ ਕੋਲੇ ਦਿੱਤਾ ਹੈ ਰਿਲੇਸ਼ਨ ਆਪਣੇ ਕੋਲੇ ਦਿੱਤਾ ਹੋਇਆ ਉਹ ਕੀ ਹੈ கரੈਕਟ ਹੈ ਇਸ ਤਰੀਕੇ ਨਾਲ ਤੁਸੀਂ ਕੋਈ ਵੀ ਜਿਹੜਾ ਰਿਲੇਸ਼ਨ ਉਸ ਦੀ கரੈਕਟਨੈਸ ਨੂੰ ਚੈੱਕ ਕਰ ਸਕਦੇ ਹੋ ਅਗਰ ਤੁਹਾਨੂੰ ਕੀ ਹੈ ਸਭ ਦੇ ਡਿਮੈਂਸ਼ਨਸ ਫਾਰਮੂਲੇ ਪਤਾ ਹੈ ਤਾਂ ਇਸ ਲਈ ਤੁਸੀਂ ਕੀ ਕਰਨਾ ਹੈ ਇਹ ਜਿਹੜਾ ਆਪਣੀ ਬੁੱਕ ਦੇ ਵਿੱਚ ਟੇਬਲ ਦਿੱਤਾ ਹੋਇਆ ਉਸ ਨੂੰ ਤੁਸੀਂ ਕੀ ਹੈ ਸਟੱਡੀ ਕਰੋਗੇ ਸਟੱਡੀ ਕਰਨ ਤੋਂ ਬਾਅਦ ਇਸ ਨੂੰ ਆਪਣੀ ਕਾਪੀ ਤੇ ਲਿਖਣੇ ਤੇ ਉਸ ਉਸ ਤੋਂ ਬਾਅਦ ਕੀ ਹੈ ਮੈਨੂੰ ਪਿਕ ਸੈਂਡ ਕਰਨੀ ਹੈ ਕਾਪੀ ਦੇ ਲਿਖ ਕੇ ਸਭ ਦੇ ਜਿਹੜੇ ਡਾਈਮੈਂਸ਼ਨ ਆ ਫਾਰਮੂਲੇ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ